ਸੋ ਭਾਰਤ ਜਿਹੜੋ ਯਾਤਰਾ ਦੇ ਵਿੱਚ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ ਗੱਲਬਾਤ ਕਰਦੇ ਆ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਬਾਦਰਖੇੜੇ ਤੋਂ ਆਏ ਮਾਣੀਖੇੜੇ ਕੋਲੇ ਗੂਗਲ ਦੇ ਪਿੰਡ ਕੋਲੋਂ ਗੂਗਲ ਦਾ ਪਿੰਡ ਕੋਲੋਂ ਹਾਂਜੀ ਅੱਛਾ ਤੇ ਭਾਰਤ ਜਿਹੜੋ ਯਾਤਰਾ 'ਚ ਕਿਵੇਂ ਲੱਗ ਰਿਹਾ ਤੁਹਾਨੂੰ ਆ ਕੇ ਜੀ ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਤੇ ਹੁਣ ਅਸੀਂ ਤੁਹਾਡੀ ਸੇਵਾ ਵਿੱਚ ਗੀਤ ਪੇਸ਼ ਕਰ ਦਿੰਦੇ ਇੱਕ ਕਾਹਦੇ ਬਾਰੇ ਗੀਤ ਸੁਣਾਓਗੇ ਯਾਤਰਾ ਔਰਤ ਦੀ ਸਨਮਾਨ ਔਰਤ ਦਾ ਸਨਮਾਨ ਔਰਤ ਦੇ ਸਨਮਾਨ ਤੇ ਬਈ ਜੀ ਉਹਨੇ ਬਾਪੂ ਜੀ ਨੇ ਗੀਤ ਸੁਣਾਉਣ ਲੱਗੇ ਹਾਂਜੀ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀਂ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀਂ ਭਾਵੇਂ ਜਿੰਨੇ ਧਰਮ ਚੱਲੇ ਭਾਵੇਂ ਜਿੰਨੇ ਧਰਮ ਚੱਲੇ ਨਹੀਂ ਔਰਤ ਨੇ ਹੈ ਚਲਾਏ ਧਰਮ ਚਲਾਉਣ ਵਾਲੇ ਵੀ ਹੁੰਦੇ ਹੈ ਔਰਤ ਦੇ ਜਾਏ ਔਰਤ ਬਗੈਰ ਹੁੰਦੀ ਨਾ ਬਗੈਰ ਹੁੰਦੀ ਨਾ ਉਹ ਔਰਤ ਬਗੈਰ ਹੁੰਦੀ ਨਾ ਹੈ ਬਈ ਜਗ ਤੇ ਕਿਸੇ ਦੀ ਨਗਤੀ ਵੀ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀ ਉਹ ਦੇਵੀਆਂ ਦੇ ਰੂਪ ਔਰਤਾਂ ਦੇਵੀਆਂ ਦੇ ਰੂਪ ਔਰਤਾਂ ਵੱਡੀ ਹੈ ਇਹਨਾਂ ਦੀ ਕੁਰਬਾਨੀ ਸੂਰਵੀਰ ਜੋ ਦੇ ਸੂਰਮੇ ਦਿੰਦੀ ਦੇਵਤਿਆਂ ਨੂੰ ਜਨਮ ਜਨਾਨੀ ਸਿਰ ਦਾ ਏ ਤਾਜ ਹੁੰਦੀ ਆ ਉਹ ਤਾਜ ਹੁੰਦੀ ਆ ਉਹ ਸਿਰ ਦਾ ਏ ਤਾਜ ਹੁੰਦੀ ਆ ਓਏ ਜੁੱਤੀ ਪੈਰ ਦੀ ਹੁੰਦੀ ਨਹੀਂ ਤੀਵੀਂ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀਂ ਔਰਤ ਤੋਂ ਔਰਤ ਜੰਮੇ ਔਰਤ ਤੋਂ ਔਰਤ ਜੰਮੇ ਨਹੀਂ ਔਰਤ ਬਗੈਰ ਹੋਇਆ ਕੋਈ ਕਹਿ ਗਏ ਗੁਰੂ ਨਾਨਕ ਜੀ ਇਸ ਗੱਲ 'ਚ ਝੂਠ ਨਾ ਕੋਈ ਹਜੇ ਅਸੀਂ ਸਮਝੇ ਨਹੀਂ ਉਹ ਸਮਝੇ ਨਹੀਂ ਉਹ ਹਜੇ ਅਸੀਂ ਸਮਝੇ ਨਹੀਂ ਸਦੀ ਵਿੱਤ ਵੀ ਗਈ ਹੈ ਵੀਮੀ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀਂ ਔਰਤ ਹੈ ਜਗ ਜਨਮੀ ਔਰਤ ਹੈ ਜਗ ਜਨਮੀ ਸਾਰਾ ਸੰਸਾਰ ਔਰਤ ਚਲਾਇਆ ਔਰਤ ਬਗੈਰ ਕੋਈ ਨਾ ਹੋਰ ਰਾਹ ਨਾ ਦੂਸਰੇ ਆਇਆ ਵਜ਼ੀਰ ਭਦਰ ਖੇੜੇ ਵਾਲਿਆ ਉਹ ਖੇੜੇ ਵਾਲਿਆ ਉਹ ਵਜ਼ੀਰ ਭਦਰ ਖੇੜੇ ਵਾਲਿਆ ਉਹ ਗੱਲਾਂ ਸੱਚੀਆਂ ਤੇ ਸੁੱਚੀਆਂ ਲਿਖੀਵੀਂ ਇਹ ਵੀ ਸਨਮਾਨ ਯੋਗ ਹੈ ਨਹੀਂ ਔਰਤ ਮਰਦ ਤੋਂ ਨੀਵੀਂ ਮੇਰਾ ਉਸਤਾਦ ਕੁਲਦੀਪ ਮਾਨਕ ਸੀ ਮੈਂ ਉਹਨਾਂ ਦੇ ਆਉਂਦਾ ਜਾਂਦਾ ਰਿਹਾ ਉਹਨਾਂ ਕੋਲੇ ਰਿਹਾ ਤਾਂ ਨਹੀਂ ਗਿਆ ਮੈਥੋਂ ਪਰ ਮੈਂ ਇੱਕ ਦੋ ਚਾਰ ਦਿਨ ਰਹਿੰਦਾ ਸਾਂ ਹੋਰ ਕਿਹੜਾ ਗਾਣਾ ਤੁਸੀਂ ਗਾ ਲੈਂਦੇ ਉਹਨਾਂ ਦਾ ਬਹੁਤ ਬਹੁਤ ਗਾ ਲੈਂਦਾ ਜੀ ਮੈਂ ਹੋਰ ਅੱਜ ਦੇ ਅੱਜ ਦਾ ਵੀ ਜਿਵੇਂ ਹੁਣ ਪੰਜਾਬ ਦੀ ਧਰਤੀ ਸਾਡੇ ਸੂਰਵੀਰਾਂ ਦੀ ਧਰਤੀ ਹੈ ਬਹਾਦਰਾਂ ਦੀ ਧਰਤੀ ਹੈ ਇਹਨਾਂ ਵਿੱਚੋਂ ਜਿਵੇਂ ਮੈਂ ਧਰਤੀ ਦੇਸ਼ ਪੰਜਾਬ ਦੀ ਬਣੀ ਪੈਂਦੇ ਰਿਹਾ ਵਾਂ ਧਰਤੀ ਉੱਤੇ ਜਾਣਦੀਆਂ ਅਣਖੀ ਪੁੱਤਮਾਂ ਵਾਂ ਇਹੋ ਜਿਹੇ ਗੀਤ ਮੇਰੇ ਕੋਲ ਲਿਖੇ ਆ ਮੈਂ ਗਾਏ ਆ ਇਹੀ ਸੁਣਾ ਧਰਤੀ ਉੱਤੇ ਜਾਂਦੀ ਆ ਪਿੱਛੇ ਰੱਖੋ ਮੁੜਿਆ ਉਹ ਧਰਤੀ ਦੇਸ਼ ਪੰਜਾਬ ਦੀ ਬਣੀ ਪੈਂਦਾ ਰਿਹਾ ਵਾ ਉਹ ਧਰਤੀ ਦੇਸ਼ ਪੰਜਾਬ ਦੀ ਬਣੀ ਪੈਂਦਾ ਰਿਹਾ ਵਾ ਇਸ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ ਇਸ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ ਹੋ ਮਾਂ ਗੁਜਰੀ ਨੇ ਅਣਖ ਦੀ ਸੀ ਜੋਤ ਜਗਾਈ ਮਾਂ ਗੁਜਰੀ ਨੇ ਅਣਖ ਦੀ ਸੀ ਜੋਤ ਜਗਾਈ ਓ ਮਰਦ ਅਗੰਬੜਾ ਜੰਮਿਆ ਤੇ ਹਿੰਦ ਬਚਾਈ ਮਰਦ ਅਗੰਬੜਾ ਜੰਮਿਆ ਤੇ ਹਿੰਦ ਬਚਾਈ ਵੱਡੀਆਂ ਗੋਬਿੰਦ ਸਿੰਘ ਨੇ ਜ਼ੁਲਮਾਂ ਦੀਆਂ ਬਾਹਾਂ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ ਇਸ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ ਉਹ ਭਗਤ ਸਿੰਘ ਨੇ ਹੱਸ ਕੇ ਕਲਪਾਈ ਫਸੀ ਭਗਤ ਸਿੰਘ ਨੇ ਹੱਸ ਕੇ ਕਲਪਾਈ ਫਸੀ ਓ ਨਾਲ ਗੋਲੀਆਂ ਭੁੰਨਤੀ ਵੈਰੀ ਦੀ ਛਾਤੀ ਨਾਲ ਗੋਲੀਆਂ ਭੁੰਨਤੀ ਵੈਰੀ ਦੀ ਛਾਤੀ ਓ ਸ਼ੇਰ ਦੀ ਮਾਂ ਦੇ ਮੈਂ ਸਦਕੇ ਜਾਵਾਂ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ ਇਸ ਧਰਤੀ ਉੱਤੇ ਜਾਂਦੀਆਂ ਅਣਖੀ ਪੁੱਤਮਾਂ ਵਾ
ਹਸ਼ਰਾਂ ਪੇ ਦੇਸ਼ ਤੋਂ ਜਿੰਦੜੀ ਸੀ ਵਾਰੀ ਹਸ਼ਰਾਂ ਪੇ ਦੇਸ਼ ਤੋਂ ਜਿੰਦੜੀ ਸੀ ਵਾਰੀ ਕਦੇ ਪੰਜਾਬੀ ਸ਼ੇਰ ਨੇ ਨੀ ਹਿੰਮਤ ਹਾਰੀ ਕਦੇ ਪੰਜਾਬੀ ਸ਼ੇਰ ਨੇ ਨੀ ਹਿੰਮਤ ਹਾਰੀ ਸੱਚ ਬਹਾਦਰ ਖੇੜੀਆ ਲਿਖਦਾ ਕਵਿਤਾਵਾਂ ਧਰਤੀ ਉੱਤੇ ਜਣਦੀਆਂ ਅਣਖੀ ਪੁੱਤ ਮਾਵਾਂ ਇਸ ਧਰਤੀ ਉੱਤੇ ਜਣਦੀਆਂ ਅਣਖੀ ਪੁੱਤ ਮਾਵਾਂ ਬਾਪੂ ਜੀ ਉਹਨਾਂ ਨੇ ਅੱਜ ਭਾਰਤ ਜੋੜੋ ਯਾਤਰਾ ਦੇ ਵਿੱਚ ਪਹੁੰਚੇ ਹੈ ਗਾਣਾ ਬਹੁਤ ਚੰਗਾ ਗਾਣਾ ਜਿਹੜਾ ਇੱਕ ਮਾਵਾਂ ਬਾਰੇ ਧੀਆਂ ਬਾਰੇ ਔਰਤ ਦੀ ਜਿਸ ਤਰੀਕੇ ਨਾਲ ਔਰਤ ਦਾ ਸਤਿਕਾਰ ਜਿਹੜਾ ਔਰਤ ਸਤਿਕਾਰ ਬਾਰੇ ਗਾਣਾ ਗਾਇਆ ਸੋ ਬਾਬਾ ਜੀ ਨੇ ਵੀ ਭਾਰਤ ਜੋੜੋ ਯਾਤਰਾ ਦੇ ਵਿੱਚ ਪਹੁੰਚਿਆ ਤੁਹਾਨੂੰ ਹੋਰ ਵੀ ਜਿਹੜੇ ਇੱਥੇ ਲੋਕ ਪਹੁੰਚੇ ਹੋਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਪਹੁੰਚ ਕੇ ਕਿਹੋ ਜਿਹਾ ਲੱਗ ਰਿਹਾ ਬਾਪੂ ਜੀ ਕਿਹੜੀ ਜਗ੍ਹਾ ਤੋਂ ਹੈਂਜੀ ਬਾਦਰ ਖੜੇ ਤੋਂ ਜੀ ਕਿਵੇਂ ਲੱਗ ਰਿਹਾ ਭਾਰਤ ਜੋੜੋ ਯਾਤਰਾ ਲੋੜ ਕੀ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਹਾਂ ਜੀ